ਤਸਵੀਰਾਂ ਤਨ ਤਨ ਦੇ ਪਿੰਡ ਰਾਣੀਵਾਲਾ ਦੀਆਂ ਹਨ, ਜਿੱਥੇ ਕਿ ਦੋ ਭਰਾਵਾਂ ਦੀ ਮਿੱਟੀ ਹੇਠਾਂ ਧੱਸਣ ਕਰਕੇ ਮੌਤ ਹੋਈ ਹੈ। ਪਿੰਡ ਚੰਬਾ ਦੇ ਵਿੱਚ ਦੋ ਭਰਾ ਕਿਸਾਨ ਦੇ ਖੇਤਾਂ ਦੇ ਵਿੱਚ ਪਾਈਪਲਾਈਨ ਦਾ ਕੰਮ ਕਰ ਰਹੇ ਸਨ ਕਿ ਇਸੇ ਦੌਰਾਨ ਹੀ ਮਿੱਟੀ ਦੀ ਟੇਗ ਉਹਨਾਂ ਦੇ ਉੱਪਰ ਆਣ ਡਿੱਗੀ ਅਤੇ ਉਹ ਹੇਠਾਂ ਫਸ ਗਏ। ਮਸ਼ੀਨ ਦੇ ਨਾਲ ਮਿੱਟੀ ਨੂੰ ਪਾਸੇ ਹਟਾ ਕੇ ਜਦ ਬਾਹਰ ਕੱਢਿਆ ਗਿਆ ਤਾਂ ਉਸ ਸਮੇਂ ਉਹਨਾਂ ਨੂੰ ਬਾਅਦ ਵਿੱਚ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਦੋਵਾਂ ਭਰਾਵਾਂ ਦੀ ਮੌਤ ਹੋਈ ਹੈ। ਯੁਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਦੀ ਮ੍ਰਿਤਕਾਂ ਦੇ ਵਜੋਂ ਪਹਿਚਾਣ ਹੋਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਉੱਧਰ ਘਟਨਾ ਤੋਂ ਬਾਅਦ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਸਾਡੇ ਗੁਆਂਢ 'ਚ ਚਾਚੇ ਤਾਇਆਂ 'ਚੋਂ ਲੱਗਦੇ ਸੀ ਅਤੇ ਦੋ ਜਣੇ, ਇੱਕ ਦਾ ਨਾਂ ਮਨਹਰ ਸਿੰਘ ਸੀ, ਦੂਜੇ ਦਾ ਨਾਂ ਮਨਦੀਪ ਸਿੰਘ ਸੀ। ਦੋਨੇ 16-17 ਸਾਲ ਦੀ ਉਮਰ ਦੇ ਸੀ ਅਤੇ ਘਰੋਂ ਕੰਮ ਕਰਨ ਨੂੰ ਲੈ ਕੇ ਗਿਆ ਸੀ ਇਹਨਾਂ ਨੂੰ ਕੋਈ ਗੁਆਂਢ 'ਚ, ਅਸੀਂ ਤਾਂ ਸ਼ਹਿਰ ਨੂੰ ਪਤਾ ਨਹੀਂ। ਅਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਇਆਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਹੋਈ। ਕੱਢਦੇ ਸਮੇਂ ਜੇ ਸੀ ਬੀ ਲੱਗਣ ਦਾ ਨਾਲ ਇਹਨਾਂ ਦੀ ਡੈਥ ਹੋਈ ਦੋਵਾਂ ਦੀ। ਇੱਕ ਦਾ ਨਾਂ ਮਨਦੀਪ ਸਿੰਘ ਮਨਦੀਪ ਅਤੇ ਇੱਕ ਦਾ ਨਾਂ ਛੋਟਾ ਨਾਂ ਜਿਹੜਾ ਮਨੂ ਮਨੂ ਕਹਿੰਦੇ ਤੁਸੀਂ, ਔਰ ਇੱਕ ਦਾ ਨਾਂ ਮਨਪ੍ਰੀਤ ਸਿੰਘ। ਜਿਹੜਾ ਤੀਸਰਾ ਉਹ ਠੀਕ ਹੈ? ਹਾਂ, ਉਹ ਦੋਵੇਂ ਇੱਕ ਹਸਪਤਾਲ 'ਚ ਦਾਖਲ ਆ ਦੋਵੇਂ, ਲੇਕਿਨ ਠੀਕ ਆ ਉਹ ਖਤਰੇ ਤੋਂ ਬਾਅਦ ਆ ਦੋਵੇਂ। ਨਹੀਂ, ਪਹਿਲਾਂ ਤਾਂ ਨਹੀਂ ਕਰਦੇ, ਹੁਣ ਥੋੜ੍ਹਾ ਚਿਰ ਮਤਲਬ ਪਹਿਲਾਂ ਪਾਉਂਦੇ ਪਾਉਂਦੇ ਛੱਡਿਆ ਸੀ, ਪੜ੍ਹਦੇ ਸੀ, ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ, ਵੀ ਇਸ ਤਰ੍ਹਾਂ ਪੂਰੇ ਪੌਣੇ ਘਰੋਂ ਆਣ ਕੇ ਲੈ ਗਏ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਅਸੀਂ ਤਾਂ ਸ਼ਹਿਰ 'ਚ ਪਿੰਡ 'ਚ ਲਾ ਕੇ ਫੋਨ ਆਇਆ ਕਿ ਤਾਲ ਮੱਚ ਕੇ ਲੈ ਕੇ ਆਏ ਸਾਰੇ ਜਣੇ, ਇੱਥੇ ਸ਼ਹਿਰ ਆਏ ਅਤੇ ਸ਼ਹਿਰੋਂ ਅਸੀਂ ਫਿਰ ਪਤਾ ਲੱਗਿਆ। ਇਹ ਨਾ ਆਪਣਾ ਜਸਵੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਰੀਗੇਸ਼ਨ ਦੀ ਪੈਪ ਪਾ ਰਹੇ ਸੀਗੇ ਅਤੇ 3 ਫੁੱਟ ਟੋਇਆ ਸੀਗਾ ਅਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ, ਅਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਉਣ ਨਾਲ ਨਾ ਅਤੇ ਇਹਨਾਂ ਦੀ ਮੌਤ ਹੋ ਗਈ ਹੈ। ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮੁਖਤਾਰ ਸਿੰਘ, ਇਹਦੀ ਉਮਰ 20 ਸਾਲ ਦੀ ਹੈ, ਅਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ, ਇਹਦੀ ਉਮਰ ਹੈਗੀ 18 ਸਾਲ ਦੀ। ਇਹ ਦੋਵੇਂ ਯਾਨੀ ਕਿ ਰਾਣੀਵਾਲ ਦੇ ਰਹਿਣ ਵਾਲੇ ਨੇ ਅਤੇ ਬਾਕੀ ਡੈੱਡ ਬੋਡੀਆਂ ਹੀ ਕਬਜ਼ੇ 'ਚ ਲੈ ਲਈਆਂ ਨੇ ਅਤੇ ਬਿਆਨ ਲਿਖੇ ਜਾ ਰਹੇ ਨੇ, ਮੁਤਾਬਕ ਬਿਆਨਾਂ ਦੀ ਹੀ ਕਾਰਵਾਈ ਅਮਰ 'ਚ ਲਿਆ ਦਾਂਗੇ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।